ਜਿੰਦੇ ਤੇ ਚੜਨਾ ਹੀ ਸੀ, ਅਸੀਂ ਮਖੂ ਉਤਰਨਾ ਸੀ। ਸਾਨੂੰ ਉੱਥੇ ਕਹਿੰਦਾ ਨਾ ਨਾ ਤੁਸੀਂ ਨਾ ਉਤਰੋ, ਦੂਜੇ ਤੇ ਨਾ ਚੜੋ, ਨਹੀਂ ਚੜਨਾ। ਮੈਂ ਵੀਰੇ ਅਸੀਂ ਜਨਾਨੀ ਸਾਥ ਹੈ, ਮੇਰੇ ਨਾਲ ਗੁੱਡੀਆ ਹੈ, ਅਸੀਂ ਇੱਥੇ ਉਤਰ ਜਾਣਾ। ਜਦੋਂ ਇੱਥੇ ਸਾਨੂੰ ਲਿਆ ਕੇ ਨਾ, ਕਹਿੰਦਾ ਮੈਡਮ ਜਿਹੜੀ ਚੀਜ਼ ਰੱਖਣੀ ਤੁਸੀਂ ਉਹ ਤਾਂ ਰੱਖੀ ਨਹੀਂ, ਮੁੜ ਕਨੈਕਟਰ ਕਹਿੰਦਾ ਸਾਨੂੰ। ਜਦੋਂ ਗੁੱਡੀਆ ਦੂਜੇ ਥੱਲੇ ਚੱਕ ਕੇ ਆਪਾਂ ਲਿਫਾਫਾ ਹੀ ਚੱਕ ਕੇ, ਉਹਦਾ ਹੋਣ ਲੱਗੀ ਤੇ ਮਗਰੂ ਧੱਕਾ ਮਾਰਿਆ ਮੁੰਡੇ ਨੇ, ਗੁੱਡੀਆ ਨੂੰ ਇਹਦਾ ਨਾਲ ਮੱਥਾ ਵੱਜਣ ਲੱਗਾ। ਇਹ ਮਗਰੂ ਮੁੰਡੇ ਨੂੰ ਕਹਿੰਦੀ ਨਾ, ਕਹਿੰਦੀ ਮੈਂ ਤੈਨੂੰ ਲੱਫੜ ਮਾਰਨਾ ਵੀ ਮੈਂ ਸਮਾਨ ਚੱਕੀ ਜਾਂਦੀ ਹਾਂ। ਉਧਰੋਂ ਇੱਕ ਕਨੈਕਟਰ ਪੁੜਕ ਪਿਆ, ਕਹਿੰਦਾ ਮੈਂ ਤੂੰ ਦੂਜਾ ਮੈਨੂੰ ਲੱਫੜ ਕਿਆ। ਮੈਂ ਕਿਹਾ ਪੁੱਤ ਤੈਨੂੰ ਨਹੀਂ ਕਿਹਾ, ਮੁੰਡੇ ਨੂੰ ਅਸੀਂ ਕਿਹਾ ਮੁੰਡੇ। ਇਹ ਇਹਨਾਂ ਨੇ ਧੱਕੇ ਮਾਰ ਮਾਰ ਸਾਨੂੰ ਇੱਥੇ ਤਾਰਤਾ ਤੇ ਗੁੱਡੀਆਂ ਨੂੰ ਹੋਰ ਲੱਫੜ ਹੋਰ ਮਾਰ ਤੀਕਣ, ਸਾਡੇ ਗਾਲ ਪੈਣ ਤੀਕਣ ਗਏ ਨੇ। ਤਾਂ ਰੋਡਵੇ ਵਾਲੀ ਬੱਸ ਤੇ ਅਸੀਂ ਚੜੇ ਸੀ, ਅਸੀਂ ਮਖੂ ਉਤਰਨਾ ਸੀ, ਅਸੀਂ ਰਾਜਸਥਾਨ ਤੋਂ ਆਏ ਸੀ। ਕਿੱਥੋਂ ਦੇ ਰਹਿਣ ਵਾਲੇ? ਮੇਰਾ ਨਾਮ ਧਰਮਿੰਦਰ ਸਿੰਘ ਹੈ ਜੀ। ਹਾਂਜੀ, ਮੈਂ ਡਾਬਣੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਾਣਾ ਸੀ। ਕਿਹੜੀ ਬੱਸ ਤੇ ਕੰਡਕਟਰ ਹੋ? TRTC ਕੰਡਕਟਰ ਸੀ। ਅੱਛਾ, ਕੀ ਗੱਲ ਹੋਈ? ਗੱਲ ਕੀ ਹੋਈ, ਜੀਰੇ ਚੌਂਕ 'ਚ ਖੜੀ ਸਵਾਰੀ ਜਾ ਰਹਾ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਸੀ ਬੈਗ ਪਾਸੇ ਕਰ ਲਓ ਆਪਣਾ, ਅਤੇ ਇਸ ਗੱਲ 'ਤੇ ਬਹਿਸ ਪਈ ਜੀ ਕਿ ਤੁਹਾਡੇ ਚਪੇੜੇ ਮਾਰਾਂਗੇ। ਜਦੋਂ ਗੱਡੀ ਰੁਕੀ ਹੈ ਇਹਨਾਂ ਨੇ ਮੇਰੀ ਬਾਹ ਵੀ ਖਿੱਚੀ ਆ, ਚਪੇੜੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਚਪੇੜਾ ਮਾਰੀਆਂ? ਮਾੜਾ ਹੱਥ 'ਚ ਲੱਗਾ ਸੀ ਗਰਮੇ ਨੂੰ, ਚਪੇੜ ਨਹੀਂ ਮਾਰੀ ਵੈਸੇ। ਅਤੇ ਸਵਾਰੀਆਂ ਦਾ ਅਤੇ ਬੱਸਾਂ ਦਾ ਝਗੜਾ ਹੋਇਆ, ਮੌਕੇ 'ਤੇ ਗਏ ਅਸੀਂ ਅਤੇ ਦੋਵਾਂ ਤਰ੍ਹਾਂ ਦੀਆਂ ਛੁੜੀਆਂ ਰਾਤ ਛੁੜੀਆਂ ਹੁਣ ਆਏ ਆ ਬੰਦੇ, ਦੋਵਾਂ ਤਰ੍ਹਾਂ ਇਕੱਠੀਆਂ ਕੀਤੀਆਂ, ਦਰਖਾਸਤਾਂ ਲਈਆਂ, ਜੋ ਕਾਰਵਾਈ ਬਣਦੀ ਦੋਵਾਂ ਤਰ੍ਹਾਂ ਦੇ ਉਹਨਾਂ ਦੇ ਉੱਪਰ ਕਰਦੇ ਕਰ ਦਿੱਤੀ ਜਾਊ।